ਟਰੈਕਟਰ ਮਾੜਾ ਨਿਕਲ ਜੇ ਫੋਟੋਆਂ ਦੇਖ ਕੇ ਬੰਦਾ ਆ ਜੇ ਵੀ ਇੱਥੇ ਆ ਕੇ ਮਾੜਾ ਨਿਕਲ ਜੇ ਆਉਣ ਜਾਣ ਦਾ ਖਰਚਾ ਦੇਵਾਂਗੇ ਬੰਦੇ 30 ਚੱਲੇ ਜੀ ਠੀਕ ਹੈ 930 ਘੰਟੇ ਚੱਲਿਆ ਮਿੱਤਰੋ ਟਰੈਕਟਰ ਸਪੰਜਾ 20 ਹੌਲੈਂਡ ਵੀਰੇ ਆਨ ਟੱਚ ਟਰੈਕਟਰ ਲਿਉਨੇ ਆ ਖੇਤੀ ਵਾਲਾ ਟਰੈਕਟਰ ਲਿਉਨੇ ਕੋਈ ਟਰਾਲੇ ਵਾਲਾ ਕਰਾਈ ਵਾਲਾ ਰੀ ਲਿਉਂਦੇ ਆਪਾਂ ਇੱਕ ਸੀਜ਼ਨ ਦੀ ਗਾਰੰਟੀ ਦੇਵਾਂਗੇ ਬੰਦਾ ਠੀਕ ਹੈ ਮਤਲਬ ਜਿਹੜਾ ਵੀ ਲੈ ਕੇ ਜਾਂਦਾ ਇੱਕ ਸੀਜ਼ਨ ਦੀ ਗਾਰੰਟੀ ਦੇਵਾਂਗੇ ਠੀਕ ਹੈ ਮੋਗਾ ਨੰਬਰਾਂ ਮਿੱਤਰੋ 1500 ਘੰਟਾ ਚੱਲਿਆ ਵਾ ਕੇ ਚੈੱਕ ਕਰਕੇ ਲਿਆ ਸਕਦੇ ਜਿਹਦੇ ਨੂੰ ਚੱਲੇ ਵੇ ਆ ਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਸਵਾਗਤ ਹੈ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਜੀ ਤੇ ਬਾਕੀ ਜੇ ਆਪਾਂ ਟਰੈਕਟਰਾਂ ਦੀ ਗੱਲ ਕਰੀਏ ਹਨਾ ਹਰੇਕ ਵੀਰ ਨੂੰ ਇਹ ਹੁੰਦਾ ਵੀ ਸਾਨੂੰ origional ਟਰੈਕਟਰ ਤੇ ਵਧੀਆ ਜੈਨੂਨ ਕਿਸਾਨ ਦੇੋਂ ਸਿੱਧਾ ਟਰੈਕਟਰ ਟਰੈਕਟਰ ਮਿਲ ਜੇ ਤਾਂ ਬੜੀ ਚੰਗੀ ਗੱਲ ਆ ਤੇ ਅੱਜ ਉਹੀ ਟਰੈਕਟਰ ਮਿੱਤਰੋ ਜਮਾਂ ਉਹੀ ਲੁੱਕ ਦੇ ਵਿੱਚ ਬਾਕੀ ਜਿਵੇਂ ਗੱਲ ਕਹਿੰਦੇ ਆ ਵੀਰ ਹੁਣੀ ਤੇ ਉਵੇਂ ਹੀ ਪੂਰ ਉੱਤਰਦੇ ਆ ਮੁਕਦੀ ਗੱਲ ਦੀਦਨ ਵਾਲਾ ਸਿਸਟਮ ਨਹੀਂ ਹੈਗਾ ਵੀਰਾਂ ਦਾ ਤੇ ਅੱਜ ਉਹ ਵੀਰਾਂ ਕੋਲ ਪਹੁੰਚਿਆ ਮਿੱਤਰੋ ਪਿੰਡ ਦੌਦਰ ਜ਼ਿਲ੍ਹਾ ਮੋਗਾ ਦੇ ਵਿੱਚ ਤੇ ਸਾਰੀ ਗੱਲਬਾਤ ਕਰਵਾਵਾਂਗੇ ਛੋਡੀ ਬਾਂਗਾਂ ਨਾਲ ਤੇ ਟਰੈਕਟਰ ਵੀ ਦਿਖਾਵਾਂਗੇ ਕਿਹੜੇ ਕਿਹੜੇ ਆ ਤੇ ਕੀ ਕੀ ਡਿਮਾਂਡ ਆ ਤੇ ਕਿਹੜਾ ਕੀ ਨਾਮ ਆ ਜੀ ਆਪਣਾ ਵਿਅੰਤ ਸਿੰਘ ਆ ਜੀ ਵਿਅੰਤ ਸਿੰਘ ਨਾਮ ਆ ਜੀ ਪਿੰਡ ਦਾਉਦਰਾ ਠੀਕ ਆ ਜੀ ਚਲੋ ਮੋਗਾ ਜ਼ਿਲ੍ਹਾ ਮੋਗਾ ਪਿੰਡ ਦਾਉਦਰਾ ਜੀ ਤੇ ਆਪਾਂ ਟਰੈਕਟਰਾਂ ਦਾ ਕਾਰੋਬਾਰੀ ਆ ਜੀ ਹਾਂਜੀ ਟਰੈਕਟਰਾਂ ਦਾ ਠੀਕ ਆ ਕਿੰਨੇ ਕਿ ਟਾਈਮ ਦੇ ਫੀਲਡ ਦੇ ਵਿੱਚ ਜੀ ਬਸ ਆਪਣੇ ਬਜ਼ੁਰਗਾਂ ਤੋਂ ਲੈ ਕੇ ਹੀ ਚੱਲੀ ਆਉਂਦਾ ਜੀ ਠੀਕ ਆ ਹਾਂਜੀ ਤੇ ਬਾਕੀ ਅਸੀਂ ਜਿੰਮੇ ਤੁਹਾਡਾ ਨਾਮ ਜਆ ਸੁਣਿਆ ਬੰਦਾ ਕਹਿੰਦਾ ਵੀ ਆ ਟਰੈਕਟਰ ਜਿਹੜਾ ਦਿੰਦੇ ਆ ਅੱਜ ਤੱਕ ਲੰਬਾ ਨਹੀਂ ਆਇਆ। ਵੀਰੇ ਆਨ ਟੱਚ ਟਰੈਕਟਰ ਲਿਉਂਨੇ ਆ ਖੇਤੀ ਵਾਲਾ ਟਰੈਕਟਰ ਲਿਉਂਨੇ ਆ ਕੋਈ ਟਰਾਲੇ ਵਾਲਾ ਕਰਾਈ ਵਾਲਾ ਨਹੀਂ ਲਿਉਂਦੇ ਆਪਾਂ। ਠੀਕ ਹੈ। ਜਿਹੜਾ ਜ਼ਿਮੀਂਦਾਰ ਦੇ ਘਰੇ ਖੜਾ ਖੇਤੀ ਵਾਲਾ ਟਰੈਕਟਰ ਨੇ ਤਾਂ 6 ਮਹੀਨੇ ਕੱਢਦਾ ਅਗਲਾ। ਹਾਂ ਹਾਂ। ਕੋਈ ਟਰੈਕਟਰ ਲਿਉਂਨੇ ਆ ਦੇਖ ਕੇ ਵਧੀਆ ਕੁਆਲਿਟੀ ਦਾ ਕੋਈ ਲੰਬਾ ਨਹੀਂ ਹੁੰਦਾ। ਠੀਕ ਹੈ। ਬਾਕੀ ਮਿੱਤਰੋ ਦੱਸ ਕੇ ਦਿੰਦੇ ਆ ਚੀਜ਼ ਸਭ ਤੋਂ ਵੱਡੀ ਗੱਲ ਕੋਈ ਓਲਾ ਨਹੀਂ ਹੁੰਦਾ। ਬਾਕੀ ਚੀਜ਼ ਜਮਾ ਮੂਰੇ ਪਈ ਹੁੰ ਇਤਲੀ ਸ਼ੈਡ ਖੜਾ ਜੀ 963 ਸਵਰਾਜ ਤੇ ਕਿੰਨਾ ਮਾਡਲ ਹੈ ਜੀ 2020 ਮਾਡਲ ਹੈ ਜੀ 2020 ਮਾਡਲ ਆ ਮਿੱਤਰੋ ਬਾਕੀ ਐਸੈਸਰੀ ਜਿੰਨੀ ਹੈਗੀ ਆ ਵੰਗਾ ਦਾ ਉਹ ਕੰਮ ਨਹੀਂ ਹੈਗਾ ਵੀ ਇੱਥੇ ਗੁੱਲਾ ਕੱਢ ਲੈ ਡੰਡਾ ਹੈ ਨਹੀਂ ਜਿੰਨੀ ਚੀਜ਼ ਹੈਗੀ ਆ ਨਾਲ ਜਿੰਨੀਆਂ ਉਮੀ ਮਿਲੂ ਕੋਈ ਐਸੈਸਰੀ ਦਾ ਨਹੀਂ ਇਹ ਕਿੰਨਾ ਮਾਡਲ ਹੈ ਜੀ ਇਹ 2020 ਮਾਡਲ ਆ ਵੀਰੇ 1050 ਘੰਟੇ ਚੱਲਿਆ 1050 ਘੰਟੇ ਚੱਲਿਆ 2020 ਮਾਡਲ ਆ ਤੇ ਡਿਮਾਂਡ ਕੀ ਰੱਖੀ ਹੈ 8 ਲੱਖ 35 ਹਜ਼ਾਰ ਮੰਗਦਿਆਂ ਮੌਕੇ ਤੇ ਲੈਸ ਹੋ ਜਾਊਗਾ ਕਰ ਲੈ ਠੀਕ ਆ 8 ਲੱਖ 35 ਹਜ਼ਾਰ ਡਿਮਾਂਡ ਆ ਮਿੱਤਰੋ ਬਾਕੀ ਮੌਕੇ ਤੇ ਇਧਰ ਉਧਰ ਹੋ ਜਾਊਗਾ ਰੇਟ ਦਾ ਕੋਈ ਚੱਕਰੀ ਨਹੀਂ ਨਾ ਤੇ ਟਾਇਰ ਟੂ ਨਾਲ ਲਿਆ ਜੀ ਨਾਲ ਦੇ ਟਾਇਰ ਆ ਪੰਜਾਬ ਨੰਬਰ ਆ ਲੋਨ ਲਈ ਠੀਕ ਹੈ ਜੀ ਲੋਨ ਨੂੰ ਸਾਰਾ ਕਲੀਅਰ ਕਲੀਅਰ ਮਿਲੂਗਾ ਜੀ ਤੇ ਇੰਜਨ ਗੇਅਰ ਜਮਾ ਜਮਾ ਮੌਕੇ ਆ ਮੈਂ ਕਹਿੰਦਾ ਬਾਕੇ ਲਿਆ ਸਕਦਾ ਲੈ ਵੀ ਮਿੱਤਰੋ ਬਾਕੇ ਤਸਲੀ ਕਰਕੇ ਲਿਆ ਸਕਦੇ ਹਾਂ ਬਾਕੀ ਬਾਈ 6 ਮਹੀਨਿਆਂ ਦੀ ਗ 9914431397 ਇਹ ਮੋਬਾਈਲ ਨੰਬਰ ਆ ਜੀ ਵੀਰ ਦਾ ਨਾਮ ਹੈਗਾ ਵਿਅੰਤ ਸਿੰਘ ਤੇ ਹੁਣ ਜੇ ਅੱਗੇ ਆਪਾਂ ਵਧੀਏ ਜਿੱਦਾਂ 552 ਵੀ ਹੌਲੈਂਡ ਟਰੈਕਟਰ ਖੜਾ ਜੀ ਹੈ ਨਾ ਆਪਣੇ ਕੋਲ ਹਾਂਜੀ 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 ਇਹ ਕਿੰਨਾ ਮਾਡਲ ਆ ਜੀ ਇਹ 2021 ਮਾਡਲ ਆ ਜੀ ਠੀਕ ਹੈ ਪੰਜਾਬ ਨੰਬਰ ਆ ਠੀਕ ਹੈ 2021 ਮਾਡਲ ਆ ਜੀ ਹੁਣ ਆਪਾਂ ਇੱਥੇ ਆਪਾਂ ਪਹੁੰਚ ਹੀ ਗਏ ਜੇ ਗੱਲ ਕਰੀਏ ਘੰਟਿਆਂ ਦੇ ਹਿਸਾਬ ਨਾਲ ਚੱਲੇ ਟਰੈਕਟਰ 930 ਚੱਲੇ ਜੀ ਠੀਕ ਹੈ 930 ਘੰਟੇ ਚੱਲਿਆ ਮਿੱਤਰੋ ਟਰੈਕਟਰ 552 ਵੀ ਹੌਲੈਂਡ ਤੇ ਇਹ ਦੀ ਹੁਣ ਡਿਮਾਂਡ ਕਿ ਨਹੀਂ ਰੱਖੀ 890000 ਮੰਗਦੇ 890000 ਡਿਮਾਂਡ ਆ ਬਾਕੀ ਰੇਟ ਆ ਜਿਹੜਾ ਮਿੱਤਰੋ ਮੌਕੇ ਦਾ ਹੁੰਦਾ ਜਿਵੇਂ ਕਿ ਇਹ ਜੇ ਤੁਹਾਡੇ ਚੀਜ਼ ਫਿੱਟ ਆਉਂਦੀ ਆ ਹਨਾ ਤੇ ਵੇਚ ਦੇ ਜੀ ਕੋ ਕੋ ਆਜੋ ਜਿਵੇਂ ਗੱਲ ਆਪਾਂ ਇਹਦੇ ਵੀਡੀਓ ਦੇ ਵਿੱਚ ਕਰਦੇ ਆ ਵੀ ਰੋਣੀ ਉਵੇਂ ਹੀ ਨਿਬੜੂਗੀ ਕੋਈ ਨਹੀਂ ਹੈਗਾ ਵੀ ਬਾਹ ਕੇ ਚੈੱਕ ਕਰਕੇ ਬਾਹ ਕੇ ਚੈੱਕ ਕਰਕੇ ਲਿਆ ਸਕਦੇ ਠੀਕ ਹੈ ਬਾਹ ਕੇ ਚੈੱਕ ਕਰਕੇ ਆਪਦੀ ਤਸਦੀਕ ਕਰ ਲਓ ਬਾਕੀ ਜਿਵੇਂ ਇਸ ਨੂੰ ਵੀਡੀਓ ਦੇ ਵਿੱਚ ਨਹੀਂ ਦਿਆ ਉਦੋਂ ਹੀ ਡੈਕਟਰ ਹੋਣਗੇ ਹਾਂ ਡੈਕਟਰ ਉਹ ਕੰਮ ਨਹੀਂ ਹੈਗਾ ਵੀ ਇੱਥੇ ਵੀਡੀਓ 'ਚ ਕੋਈ ਚੀਜ਼ ਆ ਤੇ ਬਾਅਦ 'ਚ ਲਾ ਲਈ ਹਨਾ ਜਮ ਉਹ ਹੀ ਚੀਜ਼ ਚ ਮੜੂ ਤੇ ਵਿੱਚ ਇਹ ਉਹ ਦੁਆਕੇ ਆ ਗਿਆ ਜੀ ਫਾਰਮ ਟਰੈਕ 60 ਇਹ ਕਿੰਨਾ ਮਾਡਲ ਆ ਇਹ ਇਹ 2016 ਮਾਡਲ ਆ ਜੀ ਠੀਕ ਐ 2016 ਮਾਡਲ ਆ ਟਾਇਰ ਟੂਰ ਮਿੱਤਰੋ ਚੰਗੇ ਪਾਉਣੇ ਨੇ ਇਹ ਮਾਸੂਕਾ ਟਾਇਰ ਨਾਲ ਦੇ ਨੇ 1500 ਘੰਟਾ ਚੱਲੇ ਜੀ ਠੀਕ ਐ 1500 ਘੰਟੇ ਚੱਲੇ ਮਿੱਤਰੋ ਤਾਂ ਇਹ ਮੰਨ ਕੇ ਚੱਲੋ ਜਮਾ ਕਿਸੇ ਕਿਸਾਨ ਵੀਰ ਦਾ ਥੋੜੀ ਜਿਹਾ ਲਾਇਆ ਹੋ ਮੋਗਾ ਨੰਬਰ ਆ ਜੀ ਠੀਕ ਐ ਮੋਗਾ ਨੰਬਰ ਆ ਮਿੱਤਰੋ 1500 ਘੰਟਾ ਚੱਲਿਆ ਤੇ ਮਾਡਲ ਕਿੰਨਾ ਜੀ ਇਹ 2016 ਜੀ 2016 ਕਿੰਨੀ ਡਿਮਾਂਡ ਰੱਖੀ ਜੀ 5 ਲੱਖ 10 ਹਜ਼ਾਰ ਰੁਪਏ ਮੰਗਦੇ 5 ਲੱਖ ਤੇ 10 ਹਜ਼ ਤੇ ਉਸ ਤੋਂ ਅੱਗੇ ਆ ਗਿਆ ਜੀ 6055 ਫਾਰਮ ਟਰੈਕ 6055 ਟਰੈਕਟਰ ਜੀ ਕਿੰਨਾ ਮਾਡਲ ਹੈ ਜੀ 2016 ਮਾਡਲ ਹੈ ਜੀ ਇਹ ਆ ਗਿਆ ਜੀ ਸੁਪਰ ਮੈਕਸ ਹੈ ਨਾ ਹਾਂਜੀ ਹਾਂਜੀ 2016 ਮਾਡਲ ਹੈ ਇਹ ਕਿੰਨਾ ਕਿ ਚੱਲਿਆ ਜੀ ਇਹ ਚੱਲ ਗਿਆ 1900 ਘੰਟਾ ਨਾਲ ਦੇ ਟਾਇਰ ਇਹਦੇ ਆ ਠੀਕ ਹੈ ਨਾਲ ਦੇ 70 ਬੈਟਰ ਪਏ ਨਾਲ ਦੇ ਆ ਠੀਕ ਹੈ ਨਾਲੇ ਟਾਇਰ ਆ ਮਿੱਤਰੋ 1900 ਘੰਟਾ ਚੱਲੇਗਾ ਟਰੈਕਟਰ ਤੇ ਡਿਮਾਂਡ ਕਿ ਨਹੀਂ ਰੱਖੀ ਆ ਜੀ ਡਿਮਾਂਡ ਇਹਦਾ ਪੂਰਾ 5 ਲੱਖ ਮੰਗਦੇ ਠੀਕ ਆ ਰੰਗ ਰੂੰਗ ਪੇਂਟ ਸਾਰਾ ਨਾਲ ਦਾ ਓਰੀਜਨਲ ਆ ਬਰੇਚਾ ਮਾਰੀ ਠੀਕ ਐ ਤੇ ਬਾਕੀ ਜਿਵੇਂ ਆਪਾਂ ਟਰੈਕਟਰ ਜਿਵੇਂ ਹੁਣ ਆਪਾਂ ਚਾਰ ਟਰੈਕਟਰ ਦਿਖਾ ਦੇ ਜੀ ਬਾਕੀ ਜਿੰਨ ਗੇਰ ਕਿਨੇ ਕੋਈ ਜਮਾ ਕੇ ਆਪਾਂ ਨੂੰ ਗਾਰੰਟੀ ਆ ਇੱਕ ਸੀਜ਼ਨ ਦੀ ਗਾਰੰਟੀ ਦੇਵਾਂਗੇ ਬੰਦਾ ਠੀਕ ਆ ਮਤਲਬ ਜਿਹੜਾ ਵੀ ਲੈ ਕੇ ਜਾਂਦਾ ਇੱਕ ਸੀਜ਼ਨ ਦੀ ਜਿਵੇਂ ਇੱਕ ਸੀਜ਼ਨ ਦੀ ਗਾਰੰਟੀ ਦੇਵਾਂਗਾ ਫਿਰਦਾ ਬਾਈਆਂ ਨੇ ਜੀ ਮਿੱਤਰੋ ਜਮਾ ਏਜੰਸੀ ਵਾਲਾ ਕੰਮ ਹੀ ਕਰਦਾ ਹਾਂ ਹਾਂ ਜੀ ਹਾਂ ਜੀ ਕੋਇਆ ਅਕਸੀਡੈਂਟ ਦੀ ਗਾਰੰਟੀ ਦੇਵਾਂਗਾ ਸੀਜ਼ਨ ਚਲਾ ਕੇ ਕੋਈ ਨ ਵੀ ਠੀਕ ਆ ਠੀਕ ਐ ਤੇ ਉਦੋਂ ਆ ਗਿਆ ਆ ਗਿਆ ਮਿੱਤਰੋ ਅਰਜਨ ਨੋਵੋ 605 ਡੀ ਆਈ ਆਈ 2017 ਮਾਡਲ ਆ ਜੀ ਠੀਕ ਐ 2017 ਮਾਡਲ ਆ ਜੀ ਕਿੰਨਾ ਕਿ ਚੱਲਿਆ ਜੀ ਇਹ ਇਹ ਚੱਲ ਗਿਆ 1400 ਘੰਟਾ ਜੀ ਠੀਕ ਐ 1400 ਘੰਟਾ ਚੱਲਿਆ ਤੇ ਪੰਜਾਬ ਨੰਬਰੀ ਆ ਜੀ ਇਹ ਆ ਨੰਬਰ ਆ ਜੀ ਠੀਕ ਐ ਇਹਦਾ ਇੰਜਨ ਉੰਜਨੇ ਗੇਅਰ ਜਮਾ ਓਕੇ ਇੰਜਨ ਗੇਅਰ ਦੇ ਦੀ ਗਾਰੰਟੀ ਆ ਜੀ ਠੀਕ ਐ ਕੁੱਲ ਮਿਲਾ ਕੇ ਜੇ ਆਪਾਂ ਜਿੰਨੇ ਟਰੈਕਟਰ ਦਿਖਾਇਆ ਗੱਲ ਕਰੀਏ ਜਮਾ ਜੈਨੂਨ ਚੱਲੇ ਵਿਆਈ ਸਾਰੇ ਜੈਨੂਨ ਖੱਟ ਚੱਲੇ ਹੋਏ ਟਰੈਕਟਰ ਹਾਂਜੀ ਇਹਦੀ ਡਿਮਾਂਡ ਕਿ ਨਹੀਂ ਰੱਖੀ 6,25,000 ਮੰਗਦੇ 6,25,000 ਰੁਪਏ ਡਿਮਾਂਡ ਆ ਮਿੱਤਰੋ ਤੇ ਨੰਬਰ ਸਕਰੀਨ ਦੇ ਉੱਤੇ ਚੱਲੇ ਚੱਲੀ ਜਾਂਦਾ ਵਾਂਗਾਂ ਦਾ ਕੋਈ ਟਰੈਕਟਰ ਇਹ ਨਹੀਂ ਹੈਗਾ ਇਹ ਆ ਕੇ ਯਾਰੀ ਵੀਡੀਓ ਬੰਦੇ ਲਾਟ ਚ ਦੇਖਦੇ ਆ ਜੇ ਇਹਨਾਂ ਤੋਂ ਕੋਈ ਟਰੈਕਟਰ ਵਿਗਦਾ ਵੀ ਆ ਤਾਂ ਹੋਰ ਨਵੇਂ ਐਡ ਹੋ ਵੀ ਜਾਂਦੇ ਆ ਬਾਈ ਜੇ ਜਿਹੇ ਜਿਹੇ ਫੋਟੋ ਪਾਵਾਂਗੇ ਉਹੋ ਜਿਹੇ ਟਰੈਕਟਰ ਹੋਗਾ ਠੀਕ ਐ ਬਾਕੀ ਵਾਂਗਾਂ ਕੋਲ ਟਰੈਕਟਰ ਦੇ ਨਾਲ ਨਾਲ ਮਿੱਤਰੋ ਟਰਾਲੀਆਂ ਵੀ ਹੁੰਦੀਆਂ ਟਰੈਕਟਰ ਮਾੜਾ ਨਿਕਲ ਜੇ ਫੋਟੋਆਂ ਦੇਖ ਕੇ ਬੰਦਾ ਆ ਜੇ ਵੀ ਇੱਥੇ ਆ ਕੇ ਮਾੜਾ ਨਿਕਲ ਜ ਲੈ ਵੀ ਮਿੱਤਰੋ ਕਈ ਯਾਰੀ ਅਗਲਾ ਕਹਿੰਦਾ ਫੋਟੋ ਦੇ ਸਾਡਾ ਹਾਂ ਬੇਟੀ ਬਾਦ ਐ ਮੈ ਸਾਨੂੰ ਸੱਦ ਲਿਆ ਹਾਂਜੀ ਸੌਦਾ ਬਣਾਇ ਨਾ ਮਨੇ ਉਹ ਵੱਖਰੀ ਗੱਲ ਆ ਠੀਕ ਐ ਫੋਟੋਆਂ 'ਚ ਕੋਈ ਫਰਕ ਹੋਵੇ ਆਉਣ ਜਾਣ ਦਾ ਖਰਚਾ ਦੇ ਠੀਕ ਐ ਕਈ ਯਾਰੀ ਮਤਲਬ ਕਹਿੰਦਾ ਫੋਟੋ ਦੇ ਸੋਹਣਾ ਲੱਗੀਆਂ ਤੇ ਇੱਥੇ ਆ ਕੇ ਉਹ ਗੱਲ ਨਾ ਨੱਬੜੇ ਨੱਬੜੇ ਆ ਪਾਉਣ ਜਾਂਦਾ ਖਰਚਾ ਚੋਣ ਜਾਂਦਾ ਖਰਚਾ ਵੀ ਦੇ ਦੂੰ ਬਾਈ ਕਹਿੰਦਾ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਮਿੱਤਰੋ ਦੱਬ ਕੇ ਧੰਨਵਾਦ